ਸਤਿ ਸ਼੍ਰੀ ਅਕਾਲ ਜੀ, ਮੈਂ ਮਨਰਾਜ ਇਸ ਵੇਲੇ ਮੌਜੂਦ ਹਾਂ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ 'ਤੇ, ਜਿੱਥੇ ਸਾਡੇ ਨਾਲ ਇੱਕ ਐਸੇ ਸ਼ਖਸ ਜੁੜੇ ਨੇ ਜਿਨ੍ਹਾਂ ਨੇ ਇੱਕ ਅਲੱਗ ਹੀ ਮੁਹਿੰਮ ਤੋਰੀ ਹੈ ਲੋਕਾਂ ਨੂੰ ਸੁਲਤਾਨਪੁਰ ਲੋਧੀ ਨਾਲ ਜੁੜਨ ਦੀ, ਜੋ ਕਿ ਨਵਾਂ ਸ਼ਹਿਰ ਤੋਂ ਨੇ। ਬਾਕੀ ਇਨਫੋਰਮੇਸ਼ਨ ਸਰ ਤੋਂ ਲੈਂਦੇ। ਸਰ, ਤੁਹਾਡਾ ਨਾਮ? ਮੇਰਾ ਨਾਮ ਨਿਰਮਲ ਸਿੰਘ ਰੀਹਲ, ਮੇਰਾ ਪਿੰਡ ਹੈਗਾ ਕਰੀਹਾ, ਨਵਾਂ ਸ਼ਹਿਰ ਦਾ ਮੈਂ ਰਹਿਣ ਵਾਲਾ ਹਾਂ ਅਤੇ ਮੈਂ ਇਹ 2003 ਤੋਂ ਮੈਂ ਇਹ ਮੁਹਿੰਮ ਚਲਾਈ ਸੀ 13 ਤੋਂ ਕਿ ਨਵਾਂ ਸ਼ਹਿਰ ਤੋਂ ਹਰਿਮੰਦਰ ਸਾਹਿਬ ਰੇਲ ਗੱਡੀ ਚਲਾਈ ਜਾਵੇ। ਉਹ ਮੇਰੀ ਆਸ ਪੂਰੀ ਹੋਣ ਤੋਂ ਬਾਅਦ ਫਿਰ ਉਹ 4 ਮਹੀਨੇ ਬਾਅਦ ਬੰਦ ਕਰ ਦਿੱਤੀ ਗਈ ਹੈ। ਉਸ ਤੋਂ ਉਪਰੰਤ ਸਰਕਾਰ ਨੇ, ਪੀਯੂਸ਼ ਗੋਇਲ ਨੇ ਬਹੁਤ ਹੀ ਚੰਗਾ ਕੰਮ ਕੀਤਾ, ਜਿਹੜਾ ਕਿ ਕੁਛ ਗੱਡੀਆਂ ਐਸੀਆਂ ਚਲਾਈਆਂ ਧਰਮਸਥਾਨ ਨੂੰ ਜਿਹੜੀ ਸੁਲਤਾਨਪੁਰ ਲੋਧੀ ਤੱਕ ਟ੍ਰੇਨ ਆ ਰਹੀ ਹੈ ਨਵੇਂ ਸ਼ਹਿਰ ਤੋਂ। ਉਹ ਗੱਡੀ ਚਲਾ ਕੇ ਇੰਨਾ ਚੰਗਾ ਕੰਮ ਕੀਤਾ ਕਿ ਸਾਰੀ ਸੰਗਤ ਖੁਸ਼ ਹੈਗੀ ਹੈ। ਅਸੀਂ ਚਾਹੁੰਦੇ ਹਾਂ ਕਿ ਨਵਾਂ ਸ਼ਹਿਰ ਬੱਸ ਸੀ, ਜਦੋਂ ਤੁਸੀਂ ਇੰਨਾ ਚੰਗਾ ਕੰਮ ਕਰ ਦਿੰਦੇ ਹਾਂ, ਇਹਦੇ ਨਾਲ ਥੋੜ੍ਹੀ ਜਿਹੀ ਲੰਮੀ ਸੋਚ ਰੱਖੋ ਤਾਂ ਤੁਸੀਂ ਹਫ਼ਤੇ ਦੀ ਇੱਕ ਰੇਲ ਗੱਡੀ ਚਲਾਓ, ਜਾਂ ਤੁਸੀਂ 15 ਦਿਨ ਦੀ ਇੱਕ ਰੇਲ ਗੱਡੀ ਚਲਾਓ, ਜਾਂ ਮਹੀਨੇ 'ਚ ਇੱਕ ਵਾਰ ਰੇਲ ਗੱਡੀ ਚਲਾਓ। ਕਿਉਂ? ਲੋਕ ਯੂਜ਼ ਟੂ ਹੋ ਜਾਣ ਔਰ ਤੁਹਾਡਾ ਟਰੈਕ ਵਿਹਲਾ ਵੀ ਨਾ ਰਹੇ, ਗਾਈਆਂ ਵੀ ਨਾ ਇੱਥੇ ਘੁੰਮਣ। ਔਰ ਅਸੀਂ ਇਹੀ ਬੇਨਤੀ ਕਰਦੇ ਹਾਂ ਔਰ ਇਹੀ ਚਾਹੁੰਦੇ ਹਾਂ, ਔਰ ਇਹ ਤੁਹਾਡਾ ਮੀਡੀਆ ਵਾਲਿਆਂ ਨੇ ਵੀ ਬਹੁਤ ਚੰਗਾ ਕੰਮ ਕੀਤਾ, ਜਿਹੜੀ ਹਰ ਗੱਲ ਨੂੰ ਸੁਣੋ, ਅੱਜ ਤੁਸੀਂ ਉੱਪਰ ਤੱਕ ਲੈ ਕੇ ਜਾਂਦੇ ਹਾਂ, ਦੈਨਿਕ ਸਵੇਰਾ ਆਪ ਜੀ ਦਾ ਵੀ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਔਰ ਇਸ ਰੇਲ ਗੱਡੀ ਨੂੰ ਪੱਕੀ ਬਰਕਰਾਰ ਰੱਖੋ। ਦੇਖੋ, ਇੰਨਾ ਸੋਹਣਾ ਰੇਲਵੇ ਸਟੇਸ਼ਨ ਬਣਾਇਆ ਆ, ਅਗਰ ਇਹ ਰੇਲਵੇ ਸਟੇਸ਼ਨ ਬਾਅਦ ਸੁੰਨਾ ਵੀ ਹੋ ਗਿਆ ਤਾਂ ਕੀ ਫਾਇਦਾ ਹੋ ਗਿਆ ਬਣਾਉਣ ਦਾ? ਨਹੀਂ ਤਾਂ ਫਿਰ ਉਹੀ ਚਲਾਈ ਰੱਖਦੇ। ਸਰਕਾਰ ਰੇਲ ਗੱਡੀਆਂ 'ਤੇ ਜ਼ਿਆਦਾ ਡਿਪੈਂਡ ਕਰੇ, ਲੋਕਾਂ ਨੂੰ, ਲੋਕ ਬਹੁਤ ਤੰਗ ਆ ਗਏ ਆ, ਬੱਸਾਂ ਵਿੱਚ ਆਉਣਾ ਜਾਣਾ ਬੜਾ ਔਖਾ ਹੋ ਗਿਆ। ਪ੍ਰਾਈਵੇਟ ਗੱਡੀਆਂ ਤਾਂ ਹੀ ਚੁੱਕਦੇ ਜਾਂ ਸਰਕਾਰ ਖੁਦ ਚੰਗੀ ਰੇਲ ਗੱਡੀ ਬਾਰੇ ਨਹੀਂ ਸੋਚ ਰਹੀ ਹੈਗੀ ਆ। ਔਰ ਇਹ ਟਰੈਕ ਨੂੰ ਡਬਲ ਕੀਤਾ ਜਾਵੇ ਔਰ ਇੱਥੇ ਬਿਜਲੀ ਵਾਲਾ ਟਰੈਕ ਚਲਾਇਆ ਜਾਵੇ। ਇਹ ਸਾਰੀ ਪਰਸਨਲ ਰੇਲ ਗੱਡੀ ਵਾਲੇ ਔਰ ਰੇਲ ਮੰਤਰੀ ਦੀ ਆਪਣੀ ਸੁਪਰਵਾਈਜ਼ਿੰਗ ਹੋਣੀ ਚਾਹੀਦੀ ਹੈ। ਜਦ ਪਬਲਿਕ ਬੋਲਦੀ ਹੈ ਤਾਂ ਤੁਸੀਂ ਉਹਨੂੰ ਕਹਿ ਦਿੰਦੇ ਹੀਰੋ ਬਣ ਰਿਹਾ ਆ। ਔਰ ਮੈਂ ਇਹ ਪਾ ਕੇ ਤਾਂ ਘੁੰਮ ਰਿਹਾ, ਮੈਂ ਲੋਕਾਂ ਵਿੱਚ ਅਵੇਅਰਨੈਸ ਲਿਆ ਰਿਹਾ ਕਿ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਔਰ ਲੋਕਾਂ ਨੂੰ ਘੱਟ ਪੈਸੇ ਵਿੱਚ ਸਾਰਾ ਆਉਣਾ ਜਾਣਾ ਹੋ ਸਕੇ, ਐਕਸੀਡੈਂਟ ਵੀ ਨਾ ਹੋ ਸਕੇ, ਪ੍ਰਦੂਸ਼ਣ ਵੀ ਨਾ ਹੋ ਸਕੇ, ਔਰ ਲੋਕ ਪਿੰਡ ਵਾਂਗ ਬੈਠ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਆਪਣੇ ਜਿੱਥੇ ਵੀ ਜਾਣਾ ਆ ਜਾ ਸਕਣ। ਇਹ ਮੇਰਾ ਮੁੱਦਾ ਚੱਲਦਾ ਔਰ ਮੈਂ ਚਲਾਉਂਦਾ ਰਹੂੰਗਾ ਔਰ ਮੈਂ ਚੱਲਦਾ ਰੱਖਿਆ ਆ ਔਰ ਮੈਂ ਇਹਨੂੰ ਬਰਕਰਾਰ ਕੀਤਾ ਆ। ਜਾਂ ਮੈਨੂੰ ਕੋਈ ਪਾਗਲ ਕਹਿ ਦੇਵੇ, ਜਾਂ ਮੈਨੂੰ ਕੋਈ ਸਿਆਣਾ ਕਹਿ ਦੇਵੇ, ਮੈਂ ਪਬਲਿਕ ਵਾਸਤੇ, ਆਪਣੇ ਭਾਰਤ ਦੇਸ਼ ਵਾਸਤੇ, ਆਪਣੇ ਲੋਕਾਂ ਵਾਸਤੇ, ਆਪਣੇ ਸਤਿਗੁਰ ਵਾਸਤੇ, ਆਪਣੇ ਗੁਰਦੁਆਰਿਆਂ ਵਾਸਤੇ ਸਾਰਾ ਕੁਝ ਮੈਂ ਕਰ ਰਿਹਾ ਹੈ। ਇੰਨਾ ਹੀ ਕਹਿੰਦਾ ਹੋਇਆ ਮੈਂ ਆਪ ਸਭ ਦਾ ਧੰਨਵਾਦ ਕਰਦਾ, ਖਾਸ ਕਰਕੇ ਪੱਤਰਕਾਰਾਂ ਦਾ। ਜਿੱਥੇ ਵੀ ਮੈਂ ਜਾਂਦਾ ਹਾਂ, ਕੁਛ ਨਾ ਕੁਛ ਮੇਰੇ 'ਤੇ ਕਿਰਪਾ ਪੱਤਰਕਾਰਾਂ ਦੀ ਹੁੰਦੀ ਹੈ ਔਰ ਮੈਂ ਬਹੁਤ, ਜਿੰਨਾ ਵੀ ਹਾਈਲਾਈਟ ਹੋਇਆ ਆ ਇਹ ਸਾਰੇ ਪੱਤਰਕਾਰਾਂ ਕਰਕੇ ਹੀ ਹੋਇਆ। ਦੈਨਿਕ ਸਵੇਰਾ ਦਾ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ। ਸਰ, ਇੱਕ ਸਵਾਲ ਸੀਗਾ ਮੇਰਾ ਪਰਸਨਲੀ ਕਿ ਤੁਸੀਂ ਕਿੰਨੇ ਟਾਈਮ ਤੋਂ ਇਹ ਮੁਹਿੰਮ ਚਲਾ ਰਹੇ ਹੋ? ਇਹ ਮੁਹਿੰਮ ਜਿਹੜੀ ਆ ਮੈਂ ਚਲਾ ਰਿਹਾ 2013 ਤੋਂ ਚਲਾ ਰਿਹਾ ਸੀਗਾ ਔਰ ਇਹ ਇਸ ਸਾਲ ਦੇ ਵਿੱਚ ਇਹ ਜਨਵਰੀ ਦੀ 17 ਤਰੀਕ ਨੂੰ ਰੇਲ ਗੱਡੀ ਅੰਮ੍ਰਿਤਸਰ ਦੀ ਚਲਾ ਦਿੱਤੀ ਸੀਗੀ। ਉਹਦੇ ਬਾਅਦ 23 ਤਰੀਕ ਨੂੰ ਜਦੋਂ ਵੋਟਾਂ ਤੋਂ ਪਹਿਲਾਂ ਇਹ ਬੰਦ ਕਰ ਦਿੱਤੀ ਗਈ ਸੀਗੀ ਔਰ ਬੰਦ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਰੋਸ ਹੋ ਗਿਆ ਔਰ ਉਹ ਬੰਦਾ ਹਾਰ ਵੀ ਗਿਆ, ਤੁਹਾਡਾ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਹਾਰ ਵੀ ਗਿਆ। ਔਰ ਉਹਦੇ ਬਾਅਦ ਜਦੋਂ ਅਸੀਂ ਆਹ ਗੱਲ ਸੁਣੀ ਆ, ਇਹ ਤਾਂ ਇੰਨੀ ਚੰਗੀ ਗੌਰਮੈਂਟ ਨੇ ਕੀਤਾ, ਪੀਯੂਸ਼ ਗੋਇਲ ਦਾ ਇੱਕ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਮੈਂ ਚਾਹੁੰਦਾ ਕਿ ਅਗਰ ਪੀਯੂਸ਼ ਗੋਇਲ ਮੈਨੂੰ ਖਾਸ ਕਰਕੇ ਅਗਰ ਸਿੰਗਲ ਮਿਲੇ ਨਾ, ਮੈਂ ਸਾਰੀ ਪੰਜਾਬ ਦੀ ਸੁਪਰਵਾਈਜ਼ਿੰਗ ਇੰਨੀ ਟੌਪ ਦੀ ਦੱਸਾਂ ਕਿ ਹਰ ਕੋਈ ਵੀ ਪਾਸਾ ਖਾਲੀ ਨਾ ਛੱਡਾਂ ਰੇਲ ਗੱਡੀ ਤੋਂ, ਕਿਉਂਕਿ ਰੇਲ ਗੱਡੀ ਪੰਜਾਬ ਦੇ ਵਿੱਚ ਕਾਮਯਾਬ ਕਰਨਾ ਬਹੁਤ ਜ਼ਰੂਰੀ ਹੈ। ਔਰ ਇੱਕ ਗੱਲ ਹੋਰ ਦੱਸਦਾ, ਨਵੇਂ ਸ਼ਹਿਰ ਤੋਂ ਖੰਨੇ ਨੂੰ ਵੀ ਲਾਈਨ, ਰੇਲਵੇ ਲਾਈਨ ਜੋੜ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਲੁਧਿਆਣਾ ਹੋ ਕੇ ਕੁਝ ਗੱਡੀਆਂ ਜਾਂਦੀਆਂ ਸਾਡੇ ਨਵੇਂ ਸ਼ਹਿਰ ਵਿੱਚ ਹੀ ਜਾਣ, ਸਿੱਧੇ ਖੰਨੇ ਨੂੰ ਜਾ ਕੇ ਦਿੱਲੀ ਪਹੁੰਚ ਜਾਣ। ਸੋ ਬੇਸਿਕਲੀ ਤੁਸੀਂ ਪੀਯੂਸ਼ ਗੋਇਲ ਜੀ ਨੂੰ ਮਿਲਣਾ ਚਾਹੁੰਦੇ ਹੋ ਤੇ ਉਹਨਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਸੁਪਰਵਾਈਜ਼ਿੰਗ ਰੇਲਵੇ ਟਰੈਕਸ ਹੀ ਹੁੰਦੀ ਕਿਦਾਂ? ਹਾਂਜੀ ਹਾਂਜੀ ਹਾਂਜੀ, ਇਸ ਕਰਕੇ ਰੇਲ ਦੀਆਂ ਟਰੈਕਾਂ ਬਹੁਤ ਕਾਮਯਾਬ ਕਰਨ ਵਾਸਤੇ ਪੀਯੂਸ਼ ਗੋਇਲ ਆਪਣੀ ਪਰਸਨਲ ਇੱਕ ਰਾਏ ਲੈਣ ਚੰਗੇ ਚੰਗੇ ਅਹੁਦੇਦਾਰਾਂ ਤੋਂ ਔਰ ਚੰਗੇ ਚੰਗੇ ਜਿਹੜੇ ਆਪਣੇ ਸੋਸ਼ਲ ਵਰਕਰ ਹਨ, ਜਿੱਦਾਂ ਮੈਂ ਇੱਕ ਜਾਗੋ ਨਮਸ ਜਾਗੋ ਸੁਸਾਇਟੀ ਹੈ ਔਰ ਇਹਦੇ ਵਾਸਤੇ ਮੈਂ ਹਮੇਸ਼ਾ, ਮੇਰਾ ਟਾਰਗੇਟ ਹੀ ਰੇਲ ਗੱਡੀਆਂ ਦਾ ਆ ਬਸ, ਹੋਰ ਮੇਰਾ ਟਾਰਗੇਟ ਕੋਈ ਨਹੀਂ ਹੈ, ਸਾਰਾ ਮੇਰਾ ਟਾਰਗੇਟ ਇਸ ਟਾਈਮ ਰੇਲ ਗੱਡੀਆਂ ਦੇ ਚੱਲਦਾ ਆ, ਇਸ ਰੇਲ ਗੱਡੀਆਂ ਨੂੰ ਸ਼ੁਭ ਕੰਮ ਚੱਲੇ, ਇਹਨਾਂ ਰਾਏ ਪਬਲਿਕ ਮਜ਼ਾ ਲਏ। ਤੇ ਤੁਸੀਂ ਇਹ ਸਮਝਦੇ ਹੋ ਕਿ ਸਰਕਾਰ ਨਾਲੋਂ ਜ਼ਿਆਦਾ ਸਮਝ ਤੁਹਾਨੂੰ ਰੇਲਵੇ ਟਰੈਕਸ ਦੀ ਹੈ, ਜਿਹੜੀ ਕਿ ਸਰਕਾਰ ਲਈ ਵੀ ਫਾਇਦੇਮੰਦ ਰਹੇਗੀ ਤੇ ਲੋਕਾਂ ਲਈ ਵੀ ਫਾਇਦੇਮੰਦ ਰਹੇਗੀ? ਬਿਲਕੁਲ ਰਹੇਗੀ, ਸਰਕਾਰ ਦਾ ਇੰਨਾ ਫਾਇਦਾ ਰਹੇਗੀ, ਇਸ ਗੱਲ ਦਾ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਆਮ ਬੰਦੇ ਨੂੰ ਕਿ ਸਾਡੀ ਰੇਲਵੇ ਟਰੈਕ ਦੇ ਰਾਹੀਂ ਗੌਰਮੈਂਟ ਸਾਰਾ ਇੰਨਾ ਪੈਸਾ ਕਮਾ ਰਹੀ ਹੈ, ਸਾਡੀ ਗੌਰਮੈਂਟ ਰੇਲਵੇ ਸਟੇਸ਼ਨਾਂ ਤੋਂ ਹੀ ਕਾਮਯਾਬ ਹੋਈ ਹੋਇਆ ਹੈ ਔਰ 1914 ਦੇ ਸਟੇਸ਼ਨ ਬਣੇ ਹੋਏ ਹਨ, ਗੋਰਿਆਂ ਨੇ ਬਣਾਏ ਹੋਏ ਹਨ, ਸਿਰਫ ਇਹ ਆਪਣੀ ਬੁੱਧੀ ਲਾਉਣ, ਬਹੁਤ ਸੋਹਣੀਆਂ ਗੱਡੀਆਂ ਚਲਾਉਣ, ਕੋਈ ਖਾਸ ਗੱਲ ਤਾਂ ਹੈ ਨਹੀਂ ਇਹ। ਠੀਕ ਹੈ ਜੀ ਸਰ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਕੈਮਰਾਮੈਨ ਕਰਨ ਦੇ ਨਾਲ ਮਨਰਾਜਦੀਪ ਚੱਠਾ ਦੀ ਰਿਪੋਰਟ, ਸੁਲਤਾਨਪੁਰ ਲੋਧੀ।